جب تک دنیا آباد رہے گی اور اس
ਲੈ ਕਾਲੇ ਮੇ ਲੈ ਇਸੇ ਤਰ੍ਹਾਂ ਸਜ਼ਾ ਰਹੇਗਾ ਇਨਸ਼ਾਅੱਲਾ ਤਾਲਾ। ਡਾਕਟਰ ਅਲਮਾ ਮੁਹੰਮਦ ਇਕਬਾਲ ਨੇ ਜਬ ਆਪਕੀ ਸ਼ਖਸੀਅਤ ਕੋ ਖਰਾਜ ਤਹਸੀਨ ਪੇਸ਼ ਕੀ ਤੋ ਫਰਮਾਇਆ ਕਿ ਖਾਕੇ ਪੰਜਾਬ ਅਜ਼ਦਮੇ ਉਹ ਜ਼ਿੰਦਗਸ਼ ਮੇਰੇ ਮਾਂ ਸੁਬਹ ਮਾਂ ਅਜ਼ਮੇ ਉਹ ਤਾਬਿੰਦਗਸ਼ ਤੋ ਫਰਮਾਤੇ ਕਿ ਪੰਜਾਬ ਕੀ ਜ਼ਮੀਨ ਕੋ ਅਗਰ ਕੋਈ ਰੋਸ਼ਨੀ ਮਿਲੀ ਹੈ ਜ਼ਿੰਦਗੀ ਮਿਲੀ ਹੈ ਤੋ ਇਸ ਸੂਰਤ ਸੇ ਮਿਲੀ ਹੈ ਜੋ ਕਿ ਦਾਤਾ ਪੰਜ ਬਖਸ਼ ਰਹਿਮਤੁਲਾ ਅਲੈਹ ਦੀ ਸ਼ਖਸੀਅਤ ਹੈ। ਅਲਹਮਦੁਲਿਲਾ ਆਪਕੇ ਉਸ ਯਾਦਗਾਰ ਸੇ ਹਮ ਮੁਸਤਫਾਈ ਲੰਗਰ ਕਾ ਇਹ ਨਿਸਬਤ ਹੈ। ਹਮ ਤੋ ਜਿਧਰ ਵੀ ਜਾਤੇ ਹੈ ਘਰ ਮੇ ਜਾਤੇ ਹੈ ਸਫ਼ਰ ਮੇ ਜਾਤੇ ਹੈ ਆਪਣਾ ਚਾਹਤੇ ਹੈ ਕਿਸੀ ਔਰ ਕਾ ਚਾਹਤੇ ਹੈ ਹਮ ਕਹਤੇ ਕਿ ਮੁਸਤਫਾਈ ਕਾ ਚਾਹਤੇ ਹੈ। ਯੇ ਮੁਸਤਫਾ ਮੁਸਤਫਾ ਕਰੀ ਮਾਤਾ ਸੱਲੱਲਾਹੁ ਅਲੈਹਿ ਵਸੱਲਮ ਜੀ ਕਾ ਲੰਗਰ ਹੈ ਔਰ ਫਿਰ ਔਲੀਆ ਇਕਰਾਮ ਨੇ ਜੋ ਲੰਗਰ ਕਰਾਸੀ ਕੋ ਅਪਣਾਇਆ ਹੁਆ ਹੈ ਹਜ਼ੂਰ ਸੇ ਜਬ ਪੁੱਛਾ ਗਿਆ ਕਿ ਅਯਲ ਇਸਲਾਮ ਅਫਦਲ ਇਸਲਾਮ ਕੇ ਆਮਾਲ ਮੇ ਸੇ ਕੌਨ ਸੇ ਆਮਾਲ ਬਿਹਤਰੀਨ ਹੈ ਜੋ ਆਪ ਨੇ ਫਰਮਾਇਆ ਇਕਾਮ ਕੁਆਮ ਵੈਫਸ਼ਾ ਸਲਾਮ ਕਾਨਾ ਕਿਲਾਨਾ ਔਰ ਅਸਲਾਮੁ ਅਲੈਕੁਮ ਵਰਹਿਮਤੁਲਲਾਹ ਸਲਾਮ ਕੇ ਅਮਲ ਕੋ ਆਮ ਕਰਨਾ ਯੇ ਇਸਲਾਮ ਕੇ ਸਭ ਸੇ ਬਿਹਤਰੀਨ ਆਮਾਲ ਮੇ ਸੇ ਹੈ। ਇਸ ਵਜ੍ਹਾ ਸੇ ਸੂਫੀਆ ਇਕਰਾਮ ਨੇ ਔਰ ਸੂਫੀਆ ਇਕਰਾਮ ਨੇ ਇਸ ਵਜ੍ਹਾ ਸੇ ਕਿ ਕੁਰਾਨ ਪਾਕ ਨੇ ਬਾਰ ਬਾਰ ਇਤਾਮ ਕੁਆਮ ਇਸਕਾ ਹੁਕਮ ਦਿਆ ਹੈ ਕੋਈ ਕਿਫਾਰਾ ਹੋ ਕਿਸੀ ਸੇ ਕੋਈ ਕੋਤਾਹੀ ਹੋਈ ਹੋ ਕਿਸੀ ਨੇ ਆਪਣੇ ਗੁਨਾਹ ਮਾਫ ਕਰਨਾ ਹੋ ਹਰ ਜਗ੍ਹਾ ਮੇਰੇ ਰੱਬੇ ਜ਼ੁਲ ਜਲਾਲ ਔਰ ਮੇਰਾ ਆਕਾ ਮੌਲਾ ਸੱਲੱਲਾਹੁ ਅਲੈਹਿ ਵਸੱਲਮ ਇਤਾਮ ਕੁਆਮ ਕਾਨਾ ਖਿਲਾਨੇ ਲੰਗਰ ਦੇਨੇ ਜੀ ਕਾ ਇਸਕਾ ਹੁਕਮ ਦੇਤੇ ਹੈ ਔਰ ਹਜ਼ੂਰ ਮਹਬੂਬ ਸੁਭਾਨ ਕੁਤਬ ਰੱਬਾਨੀ ਹਜ਼ਰਤ ਸ਼ੇਖ ਅਬਦੁਲ ਕਾਦਰ ਜੀਲਾਨੀ ਰਜ਼ੀ ਅੱਲਾਹੁ ਤਾਲਾ ਅਨਹੁ ਕਾ ਇੱਕ ਕੌਲ ਹੈ ਕਿ ਆਪਨੇ ਫਰਮਾਇਆ ਕਿ ਅੱਲਾਹ ਤੱਕ ਪਹੁੰਚਣੇ ਕੇ ਬਹੁਤ ਸਾਰੇ ਰਸਤੇ ਲੇਕਿਨ ਜੋ ਸਭ ਸੇ ਆਸਾਨ ਔਰ ਬੇਸਤਰੀਨ ਰਾਸਤਾ ਹੈ ਉਹ ਅੱਲਾਹ ਕੇ ਨਾਮ ਪਰ ਕਾਨਾ ਖਿਲਾਨੇ ਕਾ ਰਸਤਾ ਔਰ ਉਹ ਫਰਮਾਤੇ ਹੈ ਕਿ ਮੈਨੇ ਦੋ ਚੀਜ਼ੋਂ ਸੇ ਜੋ ਕੁਛ ਪਾਇਆ ਹਾਸਿਲ ਕੀਆ ਇੱਕ ਮੈਨੇ ਸਿਦਕ ਸੇ ਸੱਚਾਈ ਸੇ ਔਰ ਦੂਸਰਾ ਕਾਨੇ ਕੇ ਲਾਨੇ ਕੇ ਸਮਝ ਸੇ ਮੈਨੇ ਹਾਸਿਲ ਕੀਆ। ਜੋ ਸੂਫੀਆ ਇਕਰਾਮ ਨੇ ਅਗਰ ਇਸ ਸਮਝ ਪੇ ਜ਼ੋਰ ਦਿਆ ਹੈ ਔਰ ਜਹਾਂ ਮੌਲੀ ਬੈਠ ਰਹਾ ਹੈ ਹਾਂ ਉਹ ਜ਼ਿੰਦਾ ਹੈ ਯਾ ਕਬਰ ਕੇ ਅੰਦਰ ਹੈ ਜ਼ਾਹਿਰੀ ਹਯਾਤ ਉਸਕਾ ਮੁਨਕਤਿ ਹੁਆ ਹੈ ਦੋਨੋਂ ਸੂਰਤੋਂ ਮੇਂ ਵਹਾਂ ਕਾ ਲੰਗਰ ਆਬਾਦ ਰਹਿਤਾ ਹੈ ਕਿਸੀ ਕੋ ਔਰ ਕੁਛ ਮਿਲਤਾ ਨਹੀਂ ਵਹਾਂ ਸੇ ਨਮਕ ਔਰ ਪਾਣੀ ਜ਼ਰੂਰ ਮਿਲ ਜਾਤਾ ਹੈ। ਯੇ ਇਸ ਲਈ ਕਿ ਅੱਲਾਹ ਤਬਾਰਕ ਤਾਲਾ ਨੇ ਇਸ ਕਾਰ ਖੈਰ ਮੇਂ ਕਾਨੇ ਖਿਲਾਨੇ ਮੇਂ ਲੰਗਰ ਕੇ ਇਸ ਕਾਮ ਮੇਂ ਬਹੁਤ ਖੈਰ ਔਰ ਬਰਕਤ ਦਿਆ ਹੁਆ ਹੈ। ਮੈਂ ਮੁਸਤਫਾਈ ਤਹਿਰੀਕ ਕਾ ਅਲਮੁਸਤਫਾ ਵੈਲਫੇਅਰ ਸੁਸਾਇਟੀ ਕਾ ਇਸ ਲੰਗਰ ਕੇ ਜਿਤਨੇ ਮੁਆਵਿਨੀਨ ਹੈ ਜਿਤਨੇ ਕੋਈ ਮਾਲੀ ਮੁਆਵਿਨਤ ਕੀ ਹੈ ਯਾ ਬਦਨੀ ਮੁਆਵਿਨਤ ਕੀ ਹੈ ਉਨ ਸਭ ਕਾ ਸ਼ੁਕਰੀਆ ਅਦਾ ਕਰਤਾ ਹੂੰ ਔਰ ਅੱਲਾਹ ਕਰੇ ਕਿ ਲੰਗਰ ਕਾ ਇਹ ਸਿਲਸਿਲਾ ਯਹਾਂ ਪਰ ਦਾਰੁਲ ਹਿਜ਼ਬੁਲ ਅਹਨਾਫ ਮੇਂ ਮੁਸਤਫਾਈ ਲੰਗਰ ਇਹ ਸਿਲਸਿਲਾ ਕਾ ਦੇ ਕਾਇਮ ਕਾਇਮ ਰਹੇ ਵਮਾ ਅਲੈਨਾ ਇਲਾ ਅਲ ਬਲਾਗ।